ਸਾਰਿਆਂ ਦਾ ਕੀ ਹਾਲ, ਮੇਰਾ ਨਾਮ ਮਨਪ੍ਰੀਤ ਸੰਧੂ, ਯੂਟਿਊਬ ਚੈਨਲ ਐਮ ਪੀ ਸੰਧੂ ਰਾਈਡਰ। ਤਾਂ ਬਾਈ ਜੀ, ਕੀ ਗੱਲ ਹੈ ਕਿ ਹੁਣ ਨਵਾਂ ਬਾਈਕ ਤਿਆਰ ਕਰ ਰਹੇ ਹਾਂ ਇੱਕ ਹੋਰ, ਤਾਂ ਬਾਈਕ ਨਵੀਂ ਤਿਆਰ ਕਰਨ ਦੇ ਚੱਕਰ 'ਚ ਵੀ ਥੋੜ੍ਹਾ ਜਿਹਾ ਉਹਦਾ ਪਲਸਰ ਪੁਰਾਣਾ ਮਾਡਲ ਵੀ ਜਿਹੜਾ ਮੇਰੇ ਕੋਲ ਮੈਂ ਤਿਆਰ ਕੀਤਾ ਸੀ, ਜਿਹਨੂੰ ਕੇ ਟੀ ਐਮ ਕਲਰ ਕੀਤਾ ਸੀ, ਜੋ ਚਲਾਏ ਸੀ ਉਹ ਹੀ ਬਾਈਕ ਹੈ, ਉਹਨੂੰ ਥੋੜ੍ਹਾ ਰੀਨਿਊ ਕਰਨ ਲਈ, ਜਿਸ ਤਰ੍ਹਾਂ ਮਤਲਬ ਕਿ ਬਾਈ ਨੇ ਚੇਂਜ ਕਰਨਾ ਵਾ। ਇਸ ਕਰਕੇ ਸੋਰੀ ਜੀ, ਵਿੱਚ ਇਹ ਆਪਣਾ ਕਸਟਮਰ ਆ ਗਏ ਸੀ ਦੁਕਾਨ 'ਤੇ, ਤਾਂ ਕੀ ਨੇ ਕੁਛ ਕਰਾਉਣਾ ਹੋਊਗਾ, ਸਕੂਟਰ ਨੂੰ ਮੋਡੀਫਾਈ ਕਰਾਉਣਾ ਹੋਊਗਾ, ਅਤੇ ਤਾਂ ਆ ਗਏ ਸੀ। ਅਤੇ ਬਾਕੀ ਚੱਕਰ ਇਸ ਤਰ੍ਹਾਂ ਹੈਗੀ, ਬਾਈਕ ਮੋਡੀਫਿਕੇਸ਼ਨ ਕਰ ਰਹੇ ਹਾਂ, ਪੁਰਾਣੀ ਬਾਈਕ ਹੈ ਮੇਰੇ ਵਾਲੀ, ਉਹ ਹੀ ਕਰ ਰਹੇ ਹਾਂ। ਤਾਂ ਚੱਕਰ ਇਹ ਹੈ ਕਿ ਉਸਦਾ ਜਿਸ ਤਰ੍ਹਾਂ ਨਾਲ ਕਲਰ ਕਰਨ ਵਾਸਤੇ ਉਹ, ਕਿਉਂਕਿ ਉਦੋਂ ਸਪਰੇਆਂ ਮਾਰੀਆਂ ਸੀ, ਅਤੇ ਹੁਣ ਆਪਾਂ ਕਲਰ ਕਰਨਾ ਰੀਨਲ, ਹੁਣ ਇਹ ਦਿੱਤਾ ਪੈ ਰਹੀ ਹੈ ਕਿ ਉਹ ਕਲਰ ਦੇ ਉੱਤੇ ਜਿਹੜੀ ਮੈਲ ਜੰਮ ਗਈ ਆ ਉਹਨੂੰ ਨਾ ਔਖਾ ਹੋਇਆ। ਬਾਕੀ ਕੋਈ ਚੱਕਰ ਨਹੀਂ, ਜਿਸ ਤਰ੍ਹਾਂ ਤੁਹਾਨੂੰ ਦਿਖਾਵਾਂਗੇ ਵੀਡੀਓ ਉੱਦਾਂ ਹੀ ਬਣੂਗੀ। ਬਾਕੀ ਇਹ ਨਹੀਂ ਹੈ ਕਿ ਪੇਕ ਨਹੀਂ ਆ, ਜੋ ਵੀ ਕਲਰ ਵਾਲੀ ਆਪਣੇ ਤੋਂ ਮਸ਼ੀਨ ਆ ਉਸੇ ਨਾਲ ਕਲਰ ਕਰਾਂਗੇ, ਤੁਹਾਡੇ ਸਾਹਮਣੇ ਕਰਾਂਗੇ। ਬਾਕੀ ਕਈਆਂ ਨੂੰ ਵਹਿਮ ਹੈ ਜੇ ਵੀ ਕਿ ਆਪਣਾ ਕਲਰ ਤੁਸੀਂ ਡੁਪਲੀਕੇਟ ਕਲਰ ਕਰ ਰਹੇ ਹੋ, ਨਹੀਂ ਡੁਪਲੀਕੇਟ ਕਲਰ ਨਹੀਂ ਭਾਈ, ਓਰੀਜਨਲ ਕਲਰ ਹੈ ਜੀ। ਤਾਂ ਬਾਕੀ ਓਰੀਜਨਲ ਕਲਰ ਕਰਾਂਗੇ, ਤੁਸੀਂ ਦੇਖਦੇ ਰਹੋ ਵੀਡੀਓ, ਲਾਈਕ ਕਰਿਓ, ਸ਼ੇਅਰ ਕਰਿਓ, ਸਬਸਕ੍ਰਾਈਬ ਕਰਿਓ ਚੈਨਲ ਨੂੰ ਜੀ। ਨਵਾਂ ਮੋਟਰਸਾਈਕਲ ਆ ਚੁੱਕਾ ਹੈ ਕਲਰ ਵਾਸਤੇ, ਕਿਹੜਾ ਹੈ ਪੁਰਾਣਾ ਮੇਰੇ ਵਾਲਾ ਹੀ ਆ ਮੋਟਰਸਾਈਕਲ। ਬਾਕੀ ਇੰਨਾ ਕਿ ਆਪਾਂ ਤਾਂ ਵੇਚਤਾ ਸੀ, ਸੇਲ ਕਰਤਾ ਸੀ, ਤਾਂ ਹੈਡੋਡੇ ਦਾ ਖੋਲਤਾ ਹੈ, ਹੈਡੋਡੇ ਦਾ ਬਿਲਕੁਲ ਸੈੱਟ ਕਰਕੇ ਨਾਲ ਲਾਵਾਂਗੇ। ਬਾਕੀ ਕਲਰ ਰਾਸਤੀ ਦੁਬਾਰਾ ਇਹਨੂੰ ਕਰਨਾ, ਕਲਰ ਕੁਲਰ ਕਰਨਾ ਜੈੱਟ ਬਲੈਕ। ਤਾਂ ਬਾਕੀ ਸਕਰੀਨਸ਼ੋਟ ਦਿਖਾ ਦਿੰਦੇ ਤੁਹਾਨੂੰ ਕਿਹੜਾ ਕਰਾਉਣਾ ਹੈ, ਕਲਰ ਐਰਕੇ ਇਹਨੂੰ ਕਰਨਾ ਹੈ, ਤਾਂ ਕੁਛ ਡਿਫਰੈਂਟ ਕਰਾਂਗੇ ਇਹਨੂੰ ਐਰਕੇ, ਇਸ ਕਰਕੇ ਕੁਛ ਖਾਸ ਕਰਨਾ, ਇਹਨੂੰ ਸਾਰਾ ਖੋਲ੍ਹਣ ਲੱਗੇ ਹਾਂ, ਟੇਪਾ ਟੁਪਾ ਲਾਉਂਦੇ ਹਾਂ, ਤਾਂ ਫਿਰ ਗੱਲ ਬਣੂਗੀ। ਤਾਂ ਬਾਕੀ ਇਹਨਾਂ ਕਿ ਸੋਹਣਾ ਤਾਂ ਇਹ ਵੀ ਲੱਗਦਾ ਸੀ ਕਲਰ, ਬਾਕੀ ਉਹ ਹੁਣ ਜੇ ਦੀ ਅੱਗੇ ਚੋਇਸ ਹੈ, ਤਾਂ ਬਾਈ ਕਲਰ ਚੇਂਜ ਕਰਨਾ ਵਾ। ਤਾਂ ਬਾਈ ਜੀ, ਕਲਰ ਚੇਂਜ ਕਰਨ ਵਾਸਤੇ ਤੁਹਾਡਾ ਮੋਟਰਸਾਈਕਲ ਦਾ ਵੀਲ ਕਲਰ ਹੋਰ ਕਰਨੇ ਹੋਣ, ਬਾਕੀ ਜੈੱਟ ਬਲੈਕ ਕਰਨਾ ਹੋਵੇ, ਕਲਰ ਜਿਹੜਾ ਮਰਜ਼ੀ ਕਰਵਾ ਲਓ, ਏ ਤੋਂ ਜੈੱਡ ਜੇ ਉਹ ਮਰਜ਼ੀ ਕਰਵਾਓ ਤੁਸੀਂ, ਕਲਰ ਦੇ ਵਿੱਚ ਡਿਜ਼ਾਈਨ ਜਿਹੜੇ ਮਰਜ਼ੀ ਪਾਓ, ਰੁਪਈਆ 3000 ਲੱਗੂਗਾ ਉਹਦੇ ਵਿੱਚ, ਠੀਕ ਹੈ ਨਾ ਜੀ। ਬਾਕੀ ਆਹ ਗੱਡੀ ਹੁਣ ਖੋਲ੍ਹਣ ਲੱਗੇ ਹਾਂ, ਬਾਕੀ ਦੇਖੋ ਕਿੱਦਾਂ ਦੀ ਲੱਗਦੀ ਹੈ। ਲਓ ਜੀ, ਇਹਨੂੰ ਤਾਂ ਕਰਤਾ ਸਟਾਰਟ ਖੋਲ੍ਹਣਾ ਸੀ, ਬਾਕੀ ਚੱਕਰ ਆ ਕਿ ਇਹ ਓਕੇ ਰਿਪੋਰਟ ਕਰਨ ਵਾਸਤੇ ਇਹਨੂੰ ਨਾ ਸਾਰਾ ਹੀ ਖੋਲ੍ਹਣ ਦੀ ਲੋੜ ਨਹੀਂ ਗੀ, ਕਿਉਂਕਿ ਆਪਾਂ ਕਰ ਇਹਨੂੰ ਮੋਡੀਫਿਕੇਸ਼ਨ ਕਰਨਾ, ਇਹਨੂੰ ਸਿਰਫ ਕਲਰ ਹੀ ਚੇਂਜ ਕਰਨਾ ਵਾ, ਇਸ ਕਰਕੇ ਜਿੰਨੀ ਵਾਇਰਿੰਗ ਆ ਸਾਰੀ ਇਕੱਠੀ ਕਰਕੇ ਹੱਥੋਂ ਹੱਥ ਕਰ ਦੇਣੀ ਆ। ਤਾਂ ਬਾਕੀ ਇੰਨਾ ਕਿ ਚੀਜ਼ਾਂ ਚੇਂਜ ਜਿਹੜੀਆਂ ਮੇਨ ਮੇਨ ਖੁੱਲਦੀਆਂ ਪੈਣੀਆਂ, ਜਿਹੜੀਆਂ ਮੀਟਰ ਹੋ ਗਿਆ, ਐਵਰੀਥਿੰਗ ਕਿੱਦਾਂ ਦੀਆਂ ਕੋਈ ਚੀਜ਼ਾਂ ਖੋਲ੍ਹਣੀਆਂ ਪੈਣੀਆਂ, ਕਿਉਂਕਿ ਜੈੱਟ ਬਲੈਕ ਕਰਨਾ ਨਾ, ਜੈੱਟ ਬਲੈਕ ਕਰਨ ਦੇ ਚੱਕਰ ਦੇ ਵਿੱਚ ਥੋੜ੍ਹਾ ਡਿਫਰੈਂਟ ਕਲਰ ਵੀ ਕਰਨਾ ਇਹਨੂੰ, ਬਾਕੀ ਤਾਂ ਥੋੜ੍ਹਾ ਥੋੜ੍ਹਾ ਕਲਰ ਦੇ ਚੱਕਰ ਦੇ ਵਿੱਚ ਸਾਨੂੰ ਚੇਂਜ ਬਹੁਤ ਕਰਨਾ ਪੈ ਜਾਂਦਾ, ਖੋਲ੍ਹਣਾ ਪੈ ਜਾਂਦਾ ਸਾਰਾ ਹੀ, ਸਾਰਾ ਹੀ ਵੇਖੋ। ਆਹ ਭਾਅ ਜੀ, ਟੈਂਕੀ ਟੁੰਕੀ ਛੀੜਾਂ ਪਈਆਂ, ਇਸ ਕਰਕੇ ਇਹਨੂੰ ਸਾਰਾ ਹੀ ਖੋਲ੍ਹ ਲੈਂਦਾ ਹਾਂ।